2022 चोणों तो पहला पंजाब कांग्रेस नूं वड्डा झटका लग्गिया है। चोण रणनीतिकार प्रशांत किशोर ने काम छड्डण दा ऐलान किया है। पिछले दिनी कैप्टन अमरिंदर सिंह दे राजनीतिक सलाहकार वजों अहुदा सांभिया सी। प्रशांत किशोर ने पछम बंगाल विच भाजपा वल्लों 10 तों वध सीटां लए जाण ते अपना काम छड्डण दा दावा किया सी। भाजपा पछम बंगाल विच करीब 80 सीटां ते अगे चल रही है, जिस तों बाद हुण प्रशांत किशोर दे वल्लों ए दस दिए कि हुण अपना अहुदा छड्डिया गया ते ट्वीट करके उन्होंने जानकारी दिती है। तो आओ हुण तुहानूं दिखाउंदे हाँ प्रशांत किशोर दा 21 दसंबर वाला ट्वीट भी दर्शकां नूं दिखावांगे, जिस विच उन्होंने दावा किया सीगा कि जे भाजपा बंगाल दे विच 10 तों वध सीटां ते काबज़ हुंदी है तो अपना काम छड्ड देणगे। तां हुण ट्वीट करके ये जानकारी तुहानूं दस दिए कि उन्हां वल्लों दिती गई है। तो जाहिर तौर पर 2022 चोणां तों पहलां पंजाब कांग्रेस लई वड्डा झटका है। हरप्रीत होर जानकारी दे नाल जुड़ गए ने। तो हरप्रीत, प्रशांत किशोर ने अपना अहुदा छड्डण दा इत्थे ऐलान किया है, जिस तरह दे नाल पहला एक ट्वीट भी किया गया सीगा जिस विच कहा गया सीगा कि जे भाजपा 10 तों वध सीटां ते काबज़ हुंदी है तां अपना अहुदा छड्ड देणगे। तो हुण 80 दे आस पास सीटां ते भाजपा काबज़ हुंदी होई नज़र आई है, जिस तों बाद प्रशांत किशोर ने ऐलान किया है। ਹਾਂਜੀ ਬਿਲਕੁਲ, ਦੇਖੋ ਜਿਸ ਤਰੀਕੇ ਨਾਲ ਉਹਨਾਂ ਦਾ ਟਵੀਟ ਸਾਹਮਣੇ ਆਇਆ ਸੀ, ਹੁਣ ਬੜਾ ਇੱਕ ਸਵਾਲ ਉੱਠਦਾ ਹੈ ਪ੍ਰਸ਼ਾਂਤ ਕਿਸ਼ੋਰ ਤੇ ਕਿ ਜਿਸ ਤਰੀਕੇ ਨਾਲ ਪ੍ਰਸ਼ਾਂਤ ਕਿਸ਼ੋਰ ਲਗਾਤਾਰ ਪੂਰੀ ਇਲੈਕਸ਼ਨ ਕੰਪੇਨ ਨੂੰ ਲੀਡ ਕਰਦੇ ਰਹੇ ਨੇ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਦਹਾਈ ਦਾ ਅੰਕੜਾ ਵੀ ਸ਼ਾਇਦ ਪਾਰ ਕਰਨਾ ਔਖਾ ਹੋਏਗਾ, ਡਬਲ ਡਿਜਿਟ ਵੀ ਉਹ ਲੋਕ ਨਹੀਂ ਆ ਪਾਣਗੇ। ਲੇਕਿਨ ਬੀਜੇਪੀ ਨੇ ਕੰਪੈਰੇਟਿਵਲੀ ਬੜਾ ਠੀਕ ਜੇਕਰ ਕਿਹਾ ਜਾਏ ਤੇ ਸ਼ਾਇਦ ਪਰਫਾਰਮ ਕੀਤਾ, ਤੇ ਉਸ ਤੋਂ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਉਹ ਇਸ ਪਲੇਟਫਾਰਮ ਨੂੰ ਛੱਡ ਦੇਣਗੇ। ਹੁਣ ਉਹਨਾਂ ਦਾ ਸਵਾਲ ਫੈਸਲਾ ਹੋਏਗਾ ਕਿ ਉਹ ਫੈਸਲਾ ਕਦੋਂ ਲੈਂਦੇ ਕਰਦੇ ਨੇ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਪੱਛਮ ਬੰਗਾਲ ਚੋਣਾਂ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਦੇ ਰਣਨੀਤੀਕਾਰ ਸਨ ਪ੍ਰਸ਼ਾਂਤ ਕਿਸ਼ੋਰ, ਤੇ ਉਹਨਾਂ ਨੇ ਚੋਣਾਵੀ ਕੰਮਕਾਜ ਦਾ ਸੰਨਾਸ ਲੈ ਲਿਆ, ਤੇ ਇਹ ਇੱਕ ਬੜੀ ਵੱਡੀ ਚੀਜ਼ ਹੈ। ਤੇ ਹੁਣ ਇਹ 'ਚ ਦੇਖਣਾ ਹੋਏਗਾ ਕਿ ਕਿਵੇਂ ਉਹ ਅੱਗੇ ਇਸ ਪੂਰੇ ਨੂੰ ਲੈਂਦੇ ਨੇ, ਕਿ ਆਪਣੇ ਜਿਹੜਾ ਚੋਣਾਵੀ ਮੈਨੇਜਮੈਂਟ ਨੇ ਉਹ ਇਸ ਨੂੰ ਸੰਨਿਆਸ ਲੈਣਗੇ ਜਾਂ ਨਹੀਂ। ਇੱਕ ਬੜਾ ਇੱਕ ਸਵਾਲ ਖੜਾ ਹੈ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਬੰਗਾਲ ਦੇ ਵਿੱਚ ਬੀਜੇਪੀ ਦਹਾਈ ਦਾ ਅੰਕੜਾ ਪਾਰ ਕਰੇਗੀ ਤਾਂ ਸੰਨਿਆਸ ਲੈ ਲੈਣਗੇ। ਹੁਣ ਬੀਜੇਪੀ 100 ਤੋਂ ਥੱਲੇ ਰਹਿ ਗਈ, 3 ਡਿਜਿਟ ਤੇ ਨਹੀਂ ਹੋਈਆਂ, ਲੇਕਿਨ ਡਬਲ ਡਿਜਿਟ ਜ਼ਰੂਰ ਹੋ ਗਈ ਹੈ। ਤੇ ਹੁਣ ਸਿਰਫ ਇੰਤਜ਼ਾਰ ਕੀਤਾ ਜਾ ਰਿਹਾ ਕਿ ਉਹ ਸੰਨਿਆਸ ਲੈਂਦੇ ਨੇ ਜਾਂ ਨਹੀਂ, ਜਾਂ ਆਈਪੈਕ ਜਿਹੜੀ ਉਹਨਾਂ ਦੀ ਕੰਪਨੀ ਹੈ ਜੋ ਲੋਕਾਂ ਨੂੰ ਚੁਣਾਵ ਲੜਾਉਣ ਦਾ ਕੰਮ ਕਰਦੀ ਹੈ, ਉਹ ਕਿਸ ਤਰੀਕੇ ਨਾਲ ਕੰਮ ਕਰੇਗੀ ਤੇ ਦੇਖਣਾ ਹੋਏਗਾ। ਲੇਕਿਨ ਜੋ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਪਣਾ ਫੈਸਲਾ ਲੈ ਲਿਆ, ਜੋ ਹਾਲਾਂਕਿ ਹੁਣੀ ਤਾਜ਼ਾ ਖਬਰ ਇੱਕ ਮਿਲ ਰਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਸੰਨਿਆਸ ਦਾ ਐਲਾਨ ਵੀ ਕਰ ਦਿੱਤਾ। ਤੇ ਉਹਨਾਂ ਦਾ ਕਹਿਣਾ ਹੈ ਕਿ ਆਈਪੈਕ 'ਚ ਮੇਰੇ ਤੋਂ ਜ਼ਿਆਦਾ ਕਾਬਿਲ ਲੋਕ ਨੇ, ਤੋਂ ਜ਼ਿਆਦਾ ਚੰਗਾ ਕੰਮ ਕਰਦੇ ਨੇ, ਇਸ ਲਈ ਉਹਨਾਂ ਨੂੰ ਬ੍ਰੇਕ ਲੈ ਲੈਣਾ ਚਾਹੀਦਾ। ਤੇ ਹੁਣ ਸਵਾਲ ਜਿਹੜਾ ਇੱਕ ਸਵਾਲੀਆ ਨਿਸ਼ਾਨ ਹੈ ਕਿ ਇਸ ਦਾ ਅਧਿਕਾਰਿਕ ਤੌਰ ਤੇ ਕਦੋਂ ਐਲਾਨ ਕੀਤਾ ਜਾਂਦਾ, ਲੇਕਿਨ ਸੂਤਰ ਜੋ ਦੱਸਦੇ ਨੇ ਕਿ ਫੈਸਲਾ ਜਿਹੜਾ ਹੈ ਪ੍ਰਸ਼ਾਂਤ ਕਿਸ਼ੋਰ ਵੱਲੋਂ ਲੈ ਲਿਆ ਗਿਆ। ਬਿਲਕੁਲ ਹਰਪ੍ਰੀਤ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਇਸ ਤੇ ਕੀ ਰਿਐਕਸ਼ਨ ਹੋਵੇਗਾ, ਇਹ ਵੀ ਕਾਫੀ ਅਹਿਮ ਹੈ ਕਿਉਂਕਿ ਪਹਿਲਾਂ ਹੀ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਨੂੰ ਲੈ ਕੇ ਕਾਫੀ ਵਿਵਾਦ ਛਿੜਿਆ ਹੋਇਆ ਸੀਗਾ। ਤਾਂ ਦੱਸ ਦਈਏ ਕਿ ਪ੍ਰਸ਼ਾਂਤ ਕਿਸ਼ੋਰ ਨੇ 21 ਦਸੰਬਰ ਨੂੰ ਟਵੀਟ ਕੀਤਾ ਸੀਗਾ, ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਜੇ ਬੰਗਾਲ ਚੋਣਾਂ ਦੇ ਵਿੱਚ ਭਾਜਪਾ ਵੱਲੋਂ 10 ਤੋਂ ਵੱਧ ਸੀਟਾਂ ਲਈਆਂ ਗਈਆਂ ਤਾਂ ਉਹ ਆਪਣਾ ਕੰਮ ਛੱਡਣਗੇ। ਇਹ ਦਾਅਵਾ ਉਹਨਾਂ ਨੇ ਕੀਤਾ ਸੀਗਾ ਅਤੇ ਭਾਜਪਾ ਪੱਛਮ ਬੰਗਾਲ ਦੇ ਵਿੱਚ ਕਰੀਬ 80 ਸੀਟਾਂ 'ਤੇ ਹੁਣ ਅੱਗੇ ਚੱਲ ਰਹੀ ਹੈ। ਅਤੇ ਹੁਣ ਉਹਨਾਂ ਨੇ ਐਲਾਨ ਕੀਤਾ ਕਿ ਉਹ ਸੰਨਿਆਸ ਲੈ ਰਹੇ ਨੇ ਆਪਣੇ ਇਸ ਅਹੁਦੇ ਤੋਂ। ਉਹਨਾਂ ਨੇ ਕਿਹਾ ਕਿ ਜੋ ਉਮੀਦ ਉਹਨਾਂ ਨੇ ਕੀਤੀ ਸੀਗੀ ਭਾਜਪਾ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ, ਉਸ ਨਾਲੋਂ ਕਿਤੇ ਚੰਗਾ ਪ੍ਰਦਰਸ਼ਨ ਇੱਥੇ ਕੀਤਾ ਗਿਆ। ਹਰਪ੍ਰੀਤ ਲਗਾਤਾਰ ਬਣੇ ਹੋਏ ਨੇ। ਹਰਪ੍ਰੀਤ, ਜਿਸ ਤਰ੍ਹਾਂ ਦੇ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਇਸ 'ਤੇ ਕੀ ਰਿਐਕਟ ਕਰਨਗੇ, ਇਸ 'ਤੇ ਵੀ ਸਭ ਦੀ ਨਜ਼ਰਾਂ ਰਹਿਣਗੇ ਕਿਉਂਕਿ ਪਹਿਲਾਂ ਹੀ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਵਿਰੋਧੀ ਨੇ ਚੁੱਕੇ ਸਨ। ਇਹ ਬਿਲਕੁਲ, ਹੁਣ ਪ੍ਰਸ਼ਾਂਤ ਕਿਸ਼ੋਰ ਦੇ ਫੈਸਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਚੁਣਾਵੀ ਸਟ੍ਰੈਟਜੀ ਰਹੇਗੀ, ਜੋ ਚੁਣਾਵੀ ਮੈਨੇਜਮੈਂਟ ਹੋਏਗਾ, ਉਸ 'ਤੇ ਵੱਡੇ ਸਵਾਲ ਹੋਣਗੇ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਉਹਨਾਂ ਨੇ ਬਕਾਇਦਾ ਆਪਣਾ ਇੱਕ ਚੀਫ ਐਡਵਾਈਜ਼ਰ ਲਾਇਆ ਸੀ ਬੀਜੇਪੀ ਨੇ, ਬਲਕਿ ਉਹਨਾਂ ਨੂੰ ਸੁਪਰ ਮੁੱਖ ਮੰਤਰੀ ਦੱਸ ਦਿੱਤਾ ਸੀ ਕਿ ਸੁਪਰ ਮੁੱਖ ਮੰਤਰੀ ਨੇ ਪ੍ਰਸ਼ਾਂਤ ਕਿਸ਼ੋਰ ਪੰਜਾਬ, ਜੋ ਕਿ ਵਿਧਾਇਕਾਂ ਦੀ ਬੈਠਕ ਲੈ ਰਹੇ ਨੇ, ਵਿਧਾਇਕਾਂ ਦੇ ਫੈਸਲੇ ਕਰਨ ਦੀ ਗੱਲ ਕਰ ਰਹੇ ਨੇ। ਤੇ ਲੇਕਿਨ ਹੁਣ ਇਹ ਬੜਾ ਵੱਡਾ ਸਵਾਲ ਕਾਂਗਰਸ ਪਾਰਟੀ ਵੱਲ ਹੋਏਗਾ, ਕਾਂਗਰਸ ਪਾਰਟੀ ਦੀ ਰਣਨੀਤੀ ਕੀ ਰਹੇਗੀ, ਕਿਸ ਰਣਨੀਤੀ ਦੇ ਤਹਿਤ ਕਾਂਗਰਸ ਹੁਣ ਚੁਣਾਵ 'ਚ ਜਾਏਗੀ, ਕਿਉਂਕਿ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ ਇਹ ਨਾਰਾ ਪ੍ਰਸ਼ਾਂਤ ਕਿਸ਼ੋਰ ਵੱਲੋਂ ਹੀ ਦਿੱਤਾ ਗਿਆ ਸੀ। ਲੇਕਿਨ ਹੁਣ ਸ਼ਾਇਦ
कैप्टन को जवाब भी मंगया जाना चाहिए है, क्योंकि कैप्टन साहब की सरकार के पांच साल तकरीबन पूरे होने वाले ने, तो उन्होंने पंजा साल उन्होंने पिछले साढ़े चार साल तकरीबन हो गए हैं, तो ना साढ़े चार साल सरकार ने की किया, यह सवाल भी उन्होंने सामने जरूर पूछा जाएगा जनता वालों। लेकिन हम प्रशांत किशोर की रणनीति लैके आते हैं, किस तरीके आईपैक जी उन्होंने कंपनी है उसे काम करती है, किस स्ट्रैटेजी लैके आएंगे, ये देखना काफी दिलचस्प रहेगा। बिल्कुल, तो हम कैप्टन अमरिंदर सिंह का इससे की रिएक्शन होगा यह भी काफी अहम रहेगा। जाहिर तौर पर पंजाब कांग्रेस में एक बड़ा झटका है 2022 चुनाव तो पहला। शुक्रिया हरप्रीत गलबात लिए। तो दिखाते हैं प्रशांत किशोर का 21 दिसंबर वाला ट्वीट, जिस उन्होंने दावा किया कि वह अपना काम छड़ देंगे जे भाजपा 10 तो वध सीटा ते काबज़ हुंदी है पश्चिम बंगाल विच। सारे हमायती मीडिया वालों किए जा रहे प्रचार बारे मैं कहांगा कि भाजपा पश्चिम बंगाल विच 10 सीटा लैण लई भी संघर्ष करती हुई नज़र आएगी। कृपा करके मेरा ये ट्वीट सांभ के रख लो, अते जे भाजपा इस नालों बेहतर प्रदर्शन कर गई तो मैं ये काम छड़ देवांगा।